ਲੋਕ ਸਭਾ ਦੇ ਸਪੀਕਰ ਮਾਨਯੋਗ ਸ਼੍ਰੀ ਓਮ ਬਿਰਲਾ ਜੀ ਰਾਜ ਸਭਾ ਦੇ ਉਪ ਸਭਾਪਤੀ ਸ਼੍ਰੀ ਹਰੀ ਵੰਸ਼ ਜੀ ਮਾਨਯੋਗ ਸੰਸਦ ਮੈਂਬਰ ਸਾਰੇ ਉੱਚ ਜਨ ਪ੍ਰਤੀਨਿਧ ਵਿਸ਼ੇਸ਼ ਮਹਿਮਾਨ ਅਤੇ ਹੁਰ ਸਾਰੀਆਂ ਸ਼ਖਸੀਅਤਾਂ ਤੇ ਮੇਰੇ ਪਿਆਰੇ ਦੇਸ਼ਵਾਸੀਓ ਹਰ ਦੇਸ਼ ਦੀ ਵਿਕਾਸ ਯਾਤਰਾ 'ਚ ਕੁਝ ਪਲ ਅਜਿਹੇ ਆਉਂਦੇ ਨੇ ਜੋ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ ਕੁਝ ਤਰੀਕਾਂ ਸਮੇਂ ਦੇ ਮੱਥੇ ਤੇ ਇਤਿਹਾਸ ਦਾ ਅਮਿੱਟ ਹਸਤਾਖਰ ਬਣ ਜਾਂਦੀਆਂ ਨੇ ਅੱਜ 28 ਮਈ 2023 ਦਾ ਇਹ ਦਿਨ ਅਜੇਹਾ ਹੀ ਸ਼ੁਭअवसर ਹੈ ਦੇਸ਼ ਆਜ਼ਾਦੀ ਦੇ 75 ਵਰੇ ਹੋਣ ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਇਸ ਅੰਮ੍ਰਿਤ ਮਹੋਤਸਵ ਚ ਭਾਰਤ ਦੇ ਲੋਕਾਂ ਨੇ ਆਪਣੇ ਲੋਕਤੰਤਰ ਨੂੰ ਸੰਸਦ ਦੇ ਇਸ ਨਵੇਂ ਭਵਨ ਦਾ ਉਪਹਾਰ ਦਿੱਤਾ ਹੈ ਅੱਜ ਸਵੇਰੇ ਹੀ ਸੰਸਦ ਪਵਨ ਕੰਪਲੈਕਸ ਚ ਸਰਵ ਧਰਮ ਪ੍ਰਾਰਥਨਾ ਹੋਈ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਲੋਕਤੰਤਰ ਦੇ ਇਸ ਸੁਨਹਿਰੀ ਪਲ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਥੀਓ ਇਹ ਸਿਰਫ ਇੱਕ ਪਵਨ ਨਹੀਂ ਹੈ ਇਹ 140 ਕਰੋੜ ਭਾਰਤ ਵਾਸੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ ਇਹ ਵਿਸ਼ਵ ਨੂੰ ਭਾਰਤ ਦੇ ਧ੍ਰਿੜ ਸੰਕਲਪ ਦਾ ਸੰਦੇਸ਼ ਦਿੰਦਾ ਹੈ ਸਾਡੇ ਲੋਕਤੰਤਰ ਦਾ ਮੰਦਰ ਇਹ ਨਵਾਂ ਸੰਸਦ ਭਵਨ ਯੋਜਨਾ ਨੂੰ ਯਥਾਰਥ ਨਾਲ ਨੀਤੀ ਨੂੰ ਨਿਰਮਾਨ ਨਾਲ ਇੱਛਾ ਸ਼ਕਤੀ ਨੂੰ ਕਰਮ ਸ਼ਕਤੀ ਨਾਲ ਸੰਕਲਪ ਨੂੰ ਸਿੱਧੀ ਨਾਲ ਜੋੜਨ ਵਾਲੀ ਅਹਿਮ ਕੜੀ ਸਾਬਤ ਹੋਵੇਗਾ ਇਹ ਨਵਾਂ ਭਵਨ ਸਾਡੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮਾਧਿਅਮ ਬਣੇਗਾ ਇਹ ਨਵਾਂ ਭਵਨ ਆਤਮ ਨਿਰਭਰ ਭਾਰਤ ਦੇ ਸੂਰਜ ਦੇ ਉੱਗਣ ਦਾ ਸਾਕਸ਼ੀ ਬਣੇਗਾ ਇਹ ਨਵਾਂ ਪਵਨ ਵਿਕਸਿਤ ਭਾਰਤ ਦੇ ਸੰਕਲਪਾਂ ਦੀ ਸਿੱਧੀ ਹੁੰਦੇ ਹੋਏ ਦੇਖੇਗਾ ਇਹ ਨਵਾਂ ਪਵਨ ਨਵੇਂ ਅਤੇ ਪੁਰਾਤਨ ਦੇ सह अस्तित्व का भी साथियों नए रस्तिया चल के ही नए कीर्तिमान स्थापित किते जाते हैं अज नवा भारत नवे टीचे तय कर रहा है नवे राह बना रहा है नवा जोश है नवी उमंग है नवा सफर है नवी सोच है दिशा नवी है दृष्टि नवी है संकल्प नवाए विश्वास नवाए आज, आज फिर एक बार ਪੂਰਾ ਵਿਸ਼ਵ ਭਾਰਤ ਨੂੰ ਭਾਰਤ ਦੇ ਸੰਕਲਪ ਦੀ ਦ੍ਰਿੜਤਾ ਨੂੰ ਭਾਰਤ ਵਾਸੀਆਂ ਦੇ ਤਿੱਖੇਪਨ ਨੂੰ ਭਾਰਤੀ ਜਨ ਸ਼ਕਤੀ ਦੀ ਜੀਉਣ ਦੀ ਚਾਹ ਨੂੰ ਆਦਰ ਤੇ ਉਮੀਦ ਦੇ ਭਾਵ ਨਾਲ ਦੇਖ ਰਿਹਾ ਹੈ ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਵਿਸ਼ਵ ਅੱਗੇ ਵਧਦਾ ਹੈ ਸੰਸਦ ਦਾ ਇਹ ਨਵਾਂ ਭਵਨ ਭਾਰਤ ਦੇ ਵਿਕਾਸ ਨਾਲ ਵਿਸ਼ਵ ਦੇ ਵਿਕਾਸ ਨੂੰ ਵੀ ਸੱਦਾ ਦੇਵੇਗਾ ਸਾਥੀਓ ਅੱਜ ਇਸ ਇਤਿਹਾਸਿਕ ਮੌਕੇ ਤੇ ਕੁਝ ਦਿਨ ਪਹਿਲਾਂ ਸੰਸਦ ਦੀ ਇਸ ਨਵੀਂ ਇਮਾਰਤ ਚ ਪਵਿੱਤਰ ਸੈੰਗੋਲ ਦੀ ਵੀ ਸਥਾਪਨਾ ਹੋਈ ਹੈ ਮਹਾਨ ਚੋਲ ਸਾਮਰਾਜ ਦੇ ਵਿੱਚ ਸੈੰਗੋਲ ਨੂੰ ਕਰਤਵ ਪਥ ਦਾ ਸੇਵਾ ਪਥ ਦਾ ਰਾਸ਼ਟ੍ਰ ਪਥ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਰਾਜਾ ਜੀ ਤੇ ਆਦੀਨਮ ਦੇ ਸੰਤਾਂ ਦੇ ਮਾਰਗਦਰਸ਼ਨ ਨਾਲ ਇਹਹੀ ਸੈੰਗੋਲ ਸੱਤਾ ਦੇ ਪਰਿਵਰਤਨ ਦਾ ਪ੍ਰਤੀਕ ਬਣਿਆ ਸੀ ਤਮਿਲਨਾਡੂ ਤੋਂ ਖਾਸ ਤੌਰ ਤੇ ਆਏ ਹੋਏ ਆਦੀਨਮ ਦੇ ਸੰਤ ਅੱਜ ਸਵੇਰੇ ਸੰਸਦ ਪਵਨ ਮੇ ਜੀ ਸਾਨੂੰ ਅਸ਼ੀਰਵਾਦ ਦੇਣ ਪਹੁੰਚੇ ਹੋਏ ਸਨ ਮੈਂ ਉਹਨਾਂ ਨੂੰ ਇੱਕ ਵਾਰ ਫੇਰ ਭਾਵਪੂਰਨ ਨਮਨ ਕਰਦਾ ਹਾਂ ਉਹਨਾਂ ਦੇ ਹੀ ਮਾਰਗਦਰਸ਼ਨ ਨਾਲ ਲੋਕ ਸਭਾਚ ਇਹ ਪਵਿੱਤਰ ਸੰਗੋਲ ਸਥਾਪਿਤ ਹੋਇਆ ਹੈ। ਪਿਛਲੇ ਦਿਨੀ ਮੀਡੀਆ 'ਚ ਇਸ ਦੇ ਇਤਿਹਾਸ ਨਾਲ ਜੁੜੀ ਹੋਈ ਬਹੁਤ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਮੈਂ ਇਸ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਪਰ ਮੈਂ ਮੰਨਦਾ ਹਾਂ ਕਿ ਇਹ ਸਾਡਾ ਸੁਭਾਗ ਹੈ ਕਿ ਇਸ ਪਵਿੱਤਰ ਸੰਗੋਲ ਨੂੰ ਅਸੀਂ ਉਸ ਦੀ ਇੱਜ਼ਤ ਮੋੜ ਦਵਾ ਸਕੇ ਹਾਂ ਉਸ ਦੀ ਮਾਨ ਮਰਿਆਦਾ ਦਵਾ ਸਕੇ ਹਾਂ ਜਦੋਂ ਵੀ ਇਸ ਸੰਸਦ ਪਵਨਚ ਕਾਰਵਾਈ ਸ਼ੁਰੂ ਹੋਵੇਗੀ ਇਹ ਸੰਗੋਲ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦਾ ਰਹੇਗਾ ਸਾਥੀਓ भारत एक लोकतंत्री राष्ट्र ही नहीं बल्कि जननी भी है मदर ऑफ डेमोक्रेसी भी है भारत आज विश्व लोकतंत्र का भी बहुत व्डा आधार है लोकतंत्र साडे लिए सिर्फ ਇੱਕ ਵਿਵਸਥਾ ਹੀ ਨਹੀਂ ਇੱਕ ਸੰਸਕਾਰ ਇੱਕ ਵਿਚਾਰ ਹੈ ਇੱਕ ਪਰੰਪਰਾ ਹੈ ਸਾਡੇ ਵੇਦ ਸਾਨੂੰ ਸਭਾਵਾਂ ਅਤੇ ਸੰਮਤੀਆਂ ਦੇ ਲੋਕਤੰਤ੍ਰਿਕ ਆਦਰਸ਼ ਸਿਖਾਉਂਦੇ ਨੇ ਮਹਾਭਾਰਤ ਵਰਗੇ ਗ੍ਰੰਥਾਂ 'ਚ ਗਣ ਤੇ ਗਨਤੰਤਰ ਦੀ ਵਿਵਸਥਾ ਦਾ ਜ਼ਿਕਰ ਮਿਲਦਾ ਹੈ ਅਸੀਂ ਵੈਸ਼ਾਲੀ ਵਰਗੇ ਗਣਤੰਤਰਾਂ ਨੂੰ ਜੀ ਕੇ ਦਿਖਾਇਆ ਹੈ ਅਸੀਂ ਭਗਵਾਨ ਵਿਸ਼ਵੇਸ਼ਵਰ ਦੇ ਵਿਚਾਰਾਂ ਨੂੰ ਆਪਣਾ ਗੌਰਵ ਮੰਨਿਆ ਹੈ ਤਾਮਿਲਨਾਡੂ ਚ ਮਿਲਿਆ 900 ਈਸਵੀ ਦਾ ਸ਼ਿਲਾਲੇਖ ਅੱਜ ਵੀ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ ਇਸ ਪ੍ਰੇਰਣਾ ਇਸ ਸੰਕਲਪ ਦੀ ਸਭ ਤੋਂ ਉੱਤਮ ਪ੍ਰਤੀਨਿਧੀ ਜੇਕਰ ਕੋਈ ਹੈ ਤਾਂ ਉਹ ਸਾਡੀ ਸੰਸਦ ਹੈ ਅਤੇ ਸੰਸਦ देश की जिस अमीर संस्कृति की नुमाइंदगी कर दी उसका उच्चारण कर दी शेते निपद्य मानस्य।, मानस्य मानस्य, निपस्रा चरत भग चेती चरती चरई वेती, चरै वेती, चरै वेती। पावे ਜੋ ਰੁਕ ਜਾਂਦਾ ਹੈ ਉਸ ਦਾ ਭਾਗ ਵੀ ਰੁਕ ਜਾਂਦਾ ਹੈ ਪਰ ਜੋ ਚਲਦਾ ਰਹਿੰਦਾ ਹੈ ਉਸੇ ਦਾ ਭਾਗ ਅੱਗੇ ਵਧਦਾ ਹੈ ਬੁਲੰਦੀਆਂ ਨੂੰ ਛੂੰਹਦਾ ਹੈ ਹਤੇਸ ਲਈ ਚਲਦੇ ਰਹੋ ਚਲਦੇ ਰਹੋ ਗੁਲਾਮੀ ਤੋਂ ਬਾਅਦ ਸਾਡੇ ਭਾਰਤ ਨੇ ਬਹੁਤ ਕੁਝ ਗਵਾ ਕੇ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਸੀ ਉਹ ਯਾਤਰਾ ਕਿੰਨੇ ਹੀ ਉਤਰਾ ਚੜ੍ਹਾ ਤੋਂ ਹੁੰਦੇ ਹੋਏ ਕਿੰਨੀਆਂ ਹੀ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪਰਵੇਸ਼ ਕਰ ਚੁੱਕੀ ਹੈ ਆਜ਼ਾਦੀ ਦਾ ਇਹ ਅੰਮ੍ਰਿਤਕਾਲ ਵਿਰਾਸਤ ਨੂੰ ਸਹੇਜਦੇ ਹੋਏ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਣ ਦਾ ਅੰਮ੍ਰਿਤਕਾਲ ਹੈ ਆਜ਼ਾਦੀ ਦਾ ਇਹ ਅੰਮ੍ਰਿਤਕਾਲ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦਾ ਅੰਮ੍ਰਿਤਕਾਲ ਹੈ ਆਜ਼ਾਦੀ ਦਾ ਇਹ ਅੰਮ੍ਰਿਤਕਾਲ ਅਨੇਕਾਂ ਸੁਪਨਿਆਂ ਦਾ ਅਸੰਖਾ ਇੱਛਾਵਾਂ ਨੂੰ ਪੂਰਾ ਕਰਨ ਦਾ ਅੰਮ੍ਰਿਤਕਾਲ ਹੈ इस अमृत सदा है इस अमृत काल है मुक्त मातृभूमि को मुक्त मातृभूमि को नवीन पान चाहिए नवीन पर्व के लिए नवीन प्राण चाहिए मुक्त गीत हो रहा मुक्त गीत हो रहा नवीन राग चाहिए नवीन पर्व के लिए नवीन प्राण चाहिए ਅਤੇ ਇਸ ਲਈ ਭਾਰਤ ਦੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਵਾਲੀ ਇਸ ਕਰਮ ਭੂਮੀ ਨੂੰ ਵੀ ਉਨਾ ਹੀ ਨਵਾਂ ਹੋਣਾ ਚਾਹੀਦਾ ਹੈ ਆਧੁਨਿਕ ਹੋਣਾ ਚਾਹੀਦਾ ਹੈ ਸਾਥੀਓ ਇੱਕ ਸਮਾਂ ਸੀ ਜਦੋਂ ਭਾਰਤ ਦੁਨੀਆ ਦੇ ਸਭ ਤੋਂ ਅਮੀਰ ਤੇ ਪ੍ਰਭਾਵਸ਼ਾਲੀ ਰਾਸ਼ਟਰਾਂ ਵਿੱਚ ਗਿਣਿਆ ਜਾਂਦਾ ਸੀ ਭਾਰਤ ਦੇ ਨਗਰਾਂ ਤੋਂ ਲੈ ਕੇ ਮਹਿਲਾਂ ਤੱਕ ਭਾਰਤ ਦੇ ਮੰਦਰਾਂ ਤੋਂ ਲੈ ਕੇ ਮੂਰਤੀਆਂ ਤੱਕ ਭਾਰਤ ਦਾ ਵਾਸਤੂ ਹਰਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਦਾ ਸੀ ਸਿੰਧੂ ਸਭਿਤਾ ਦੀ ਨਗਰ ਯੋਜਨਾ ਤੋਂ ਲੈ ਕੇ ਮੌਰੀਆ ਕਾਲ ਦੇ ਸਤੰਭਾਂ ਤੇ ਸਤੂਪਾਂ ਤੱਕ ਚੋਲ ਸ਼ਾਸਕਾਂ ਦੇ ਬਣਾਏ ਵੱਡੇ ਮੰਦਰਾਂ ਤੋਂ ਲੈ ਕੇ ਸਰੋਵਰਾਂ ਅਤੇ ਵੱਡੇ ਬੰਨਾਂ ਤੱਕ ਭਰ ਦਾ ਕੌਸ਼ਨ ਵਿਸ਼ਵ ਭਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਹੈਰਾਨ ਕਰ ਦਿੰਦਾ ਸੀ ਪਰੰਤੂ ਸੈਂਕੜੇ ਸਾਲਾਂ ਦੀ ਗੁਲਾਮੀ ਨੇ ਸਾਡੇ ਤੋਂ ਸਾਡਾ ਇਹ ਗੌਰਵ ਖੋ ਲਿਆ ਇੱਕ ਅਜੀਹਾ ਵੀ ਸਮਾਂ ਆ ਗਿਆ ਜਦੋਂ ਅਸੀਂ ਦੂਜੇ ਦੇਸ਼ਾਂ 'ਚ ਹੋਏ ਨਿਰਮਾਣ ਨੂੰ ਦੇਖ ਕੇ ਮੁਗਧ ਹੋਣ ਲੱਗ ਪਏ 21ਵੀਂ ਸਦੀ ਦਾ ਨਵਾਂ ਭਾਰਤ ਵੁਲੰਧ ਹੌਸਲਿਆਂ ਨਾਲ ਭਰਿਆ ਹੋਇਆ ਭਾਰਤ ਹੁਣ ਗੁਲਾਮੀ ਦੀ ਉਸ ਸੋਚ ਨੂੰ ਪਿੱਛੇ ਛੱਡ ਰਿਹਾ ਹੈ ਅੱਜ ਭਾਰਤ ਪ੍ਰਾਚੀਨ ਕਲਾ ਦੀ ਉਸ ਮਾਨਮਤੀ ਧਾਰਾ ਨੂੰ ਇੱਕ ਵਾਰ ਫੇਰ ਆਪਣੇ ਵੱਲ ਮੋੜ ਰਿਹਾ ਹੈ ਅਤੇ ਸੰਸਦ ਦੀ ਇਹ ਨਵੀਂ ਇਮਾਰਤ ਇਸ ਯਤਨ ਦੀ ਜੀਵਤ ਮਿਸਾਲ ਬਣੀ ਹੈ ਅੱਜ ਨਵੇਂ ਸੰਸਦ ਭਵਨ ਨੂੰ ਦੇਖ ਕੇ ਹਰ ਭਾਰਤੀ ਮਾਣ ਨਾਲ ਭਰਿਆ ਹੋਇਆ ਹੈ ਇਸ ਪਵੰਚ ਵਿਰਾਸਤਵੀਏ ਵਾਸਤੂ ਵੀਏ ਇਸ ਵਿੱਚ ਕਲਾ ਵੀਏ ਕੌਸ਼ਲ ਵੀਏ ਇਸ ਵਿੱਚ ਸੰਸਕ੍ਰਿਤੀ ਵੀਏ ਅਤੇ ਸੰਵਿਧਾਨ ਦੇ ਸੁਰ ਵੀ ਨੇ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦਾ ਅੰਦਰੂਨੀ ਹਿੱਸਾ ਇੱਥੇ ਵੀ ਦੇਖੋ ਇੱਥੇ ਵੀ ਦੇਖੋ ਰਾਸ਼ਟਰੀ ਪੰਛੀ ਮੋਰ ਤੇ ਆਧਾਰਿਤ ਹੈ ਰਾਜ ਸਭਾ ਦਾ ਅੰਦਰੂਨੀ ਹਿੱਸਾ ਰਾਸ਼ਟਰੀ ਫੁੱਲ ਕਮਲ ਤੇ ਆਧਾਰਿਤ ਹੈ ਅਤੇ ਸੰਸਦ ਦੇ ਵਿਹੜੇ 'ਚ ਸਾਡਾ ਰਾਸ਼ਟਰੀ ਰੁੱਖ ਬਰਗਦ ਵੀ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਜਿਹੜੀ ਵਿਲੱਖਣਤਾ ਹੈ ਇਸ ਨਵੇਂ ਭਵਨ ਨੇ ਉਹਨਾਂ ਸਾਰਿਆਂ ਨੂੰ ਸਮੋਇਆ ਹੋਇਆ ਹੈ ਇਸ ਵਿੱਚ ਰਾਜਸਥਾਨ ਤੋਂ ਲਿਆਂਦੇ ਗਏ ਗ੍ਰੇਨਾਈਟ ਅਤੇ ਬਲੂਆ ਪੱਥਰ ਲਗਾਏ ਗਏ ਨੇ ਇਹ ਜੋ ਲੱਕੜੀ ਦਾ ਕੰਮ ਤੁਸੀਂ ਦੇਖ ਰਹੇ ਹੋ ਨਾ ਉਹ ਮਹਾਰਾਸ਼ਟਰ ਤੋਂ ਆਈ ਹੈ ਯੂਪੀ ਚ ਪਦੋਹੀ ਦੇ ਕਾਰੀਗਰਾਂ ਨੇ ਇਸ ਦੇ ਲਈ ਆਪਣੇ ਹੱਥਾਂ ਨਾਲ ਗਲੀਚਿਆਂ ਨੂੰ ਬੁਣਿਆ ਹੈ ਇਸ ਤਰ੍ਹਾਂ ਨਾਲ ਇਸ ਭਵਨ ਦੇ ਕਣ-ਕਣ ਵਿੱਚ ਸਾਨੂੰ ਇੱਕ ਭਾਰਤ, શ્રેષ્ઠ ਭਾਰਤ ਦੀ ਭਾਵਨਾ ਦੇ ਦਰਸ਼ਨ ਹੋਣਗੇ ਸਾਥੀਓ ਸੰਸਦ ਦੇ ਪੁਰਾਣੇ ਭਵਨ 'ਚ ਸਾਰਿਆਂ ਲਈ ਆਪਣੇ ਕੰਮਾਂ ਨੂੰ ਪੂਰਾ ਕਰਨਾ ਇੰਨਾ ਮੁਸ਼ਕਲ ਹੋ ਰਿਹਾ ਸੀ ਇਹ ਅਸੀਂ ਸਾਰੇ ਜਾਣਦੇ ਹਾਂ ਟੈਕਨੋਲੋਜੀ ਨਾਲ ਜੁੜੀਆਂ ਸਮੱਸਿਆਵਾਂ ਸਨ ਬੈਠਣ ਦੀ ਜਗ੍ਹਾ ਨਾਲ ਜੁੜੀ ਚੁਣੌਤੀ ਸੀ ਇਸ ਲਈ ਹੀ ਬੀਤੇ ਡੇਢ ਦੁੱਧਹਾਕਿਆਂ ਤੋਂ ਇਹ ਚਰਚਾ ਲਗਾਤਾਰ ਹੋ ਰਹੀ ਸੀ ਕਿ ਦੇਸ਼ ਨੂੰ ਇੱਕ ਨਵੇਂ ਸੰਸਦ ਭਵਨ ਦੀ ਜ਼ਰੂਰਤ ਹੈ ਅਤੇ ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਸੀਟਾਂ ਵੀ ਗਿਣਤੀ ਵਧੇਗੀ ਸੰਸਦਾਨ ਦੀ ਸੰਖਿਆ ਵਧੇਗੀ ਉਹ ਲੋਕ ਕਿੱਥੇ ਬੈਠਣਗੇ ਤੇ ਇਸ ਲਈ ਇਹ ਵਕਤ ਦੀ ਮੰਗ ਸੀ ਕਿ ਸੰਸਦ ਦੀ ਨਵੀਂ ਇਮਾਰਤਾਂ ਨਿਰਮਾਣ ਕੀਤਾ ਜਾਵੇ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਵਿਸ਼ਾਲ ਇਮਾਰਤ ਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਵੀ ਇਸ ਹਾਲ 'ਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਆ ਰਹੀਆਂ ਨੇ ਬਿਜਲੀ ਘਟ ਤੋਂ ਘੱਟ ਖਰਚ ਹੋਵੇ ਹਰ ਪਾਸੇ ਲੇਟੈਸਟ ਟੈਕਨੋਲੋਜੀ ਵਾਲੇ ਗੈਜੇਟਸ ਹੋਣ ਇਨਾ ਸਾਰਿਆਂ ਦਾ ਇਸ ਵਿੱਚ ਪੂਰਾ ਧਿਆਨ ਰੱਖਿਆ ਗਿਆ ਹੈ। ਸਾਥੀਓ ਅੱਜ ਸਵੇਰੇ ਹੀ ਮੈਂ ਇਸ ਸੰਸਦ ਭਵਨ ਨੂੰ ਬਣਾਉਣ ਵਾਲੇ ਕਾਰੀਗਰਾਂ ਦੇ ਇੱਕ ਸਮੂਹ ਨੂੰ ਮਿਲਿਆ। ਇਸ ਸੰਸਦ ਭਵਨ ਨੇ ਕਰੀਬ 60000 60000 ਕਾਰੀਗਰਾਂ ਨੂੰ ਰੋਜ਼ਗਾਰ ਦੇਣ ਦਾ ਵੀ ਕੰਮ ਕੀਤਾ ਹੈ। ਉਹਨਾਂ ਨੇ ਇਸ ਨਵੀਂ ਇਮਾਰਤ ਲਈ ਆਪਣਾ ਪਸੀਨਾ ਬਹਾਇਆ ਹੈ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਕੰਮ ਨੂੰ ਸਮਰਪਿਤ ਇੱਕ ਡਿਜੀਟਲ ਗੈਲਰੀ ਵੀ ਸੰਸਦ ਵਿੱਚ ਬਣਾਈ ਗਈ ਹੈ ਅਤੇ ਵਿਸ਼ਵ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਸੰਸਦ ਦੇ ਨਿਰਮਾਣ ਚ ਹੁਣ ਉਹਨਾਂ ਦਾ ਯੋਗਦਾਨ ਵੀ ਅਮਰ ਹੋ ਗਿਆ ਹੈ ਸਾਥੀਓ ਕੋਈ ਵੀ ਐਕਸਪਰਟ ਅਗਰ ਜੇਕਰ ਪਿਛਲੇ 9 ਸਾਲਾਂ ਦਾ ਲੇਖਾ ਕਰੇ ਤਾਂ ਪਾਏਗਾ ਕਿ ਇਹ 9 ਸਾਲ ਭਾਰਤ ਨਵ ਨਿਰਮਾਣ ਦੇ ਰਹੇ ਨੇ ਗਰੀਬ ਕਲਿਆਣ ਦੇ ਰਹੇ ਨੇ ਅੱਜ ਸਾਨੂੰ ਸੰਸਦ ਦੀ ਨਵੀਂ ਇਮਾਰਤ ਦੇ ਨਿਰਮਾਣ ਦਾ ਮਾਣ ਹੈ ਤਾਂ ਮੈਨੂੰ ਪਿਛਲੇ 9 ਸਾਲਾਂ 'ਚ ਗਰੀਬਾਂ ਦੇ 4 ਕਰੋੜ ਘਰ ਬਣਾਉਂਦਾ ਵੀ ਸੰਤੋਸ਼ ਹੈ ਅੱਜ ਜਦੋਂ ਅਸੀਂ ਇਸ ਵਿਸ਼ਾਲ ਇਮਾਰਤ ਨੂੰ ਦੇਖ ਕੇ ਆਪਣਾ ਸਿਰ ਉੱਚਾ ਕਰ ਰਹੇ ਹਾਂ ਤਾਂ ਮੈਨੂੰ ਪਿਛਲੇ 9 ਸਾਲਾਂ 'ਚ ਬਣੇ 11 ਕਰੋੜ ਪਖਾਨਿਆਂ ਦਾ ਵੀ ਸੰਤੋਸ਼ੇ ਜਿਨ੍ਹਾਂ ਨੇ ਮਹਿਲਾਵਾਂ ਦੀ ਇੱਜ਼ਤ ਦੀ ਰਾਖੀ ਕੀਤੀ ਉਹਨਾਂ ਦਾ ਸਿਰ ਉੱਚਾ ਕਰ ਦਿੱਤਾ ਅੱਜ ਜਦੋਂ ਅਸੀਂ ਇਸ ਸੰਸਦ ਪਵੰਚ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਨੂੰ ਸੰਤੋਸ਼ ਹੈ ਕਿ ਪਿਛਲੇ 9 ਸਾਲਾਂ ਚ ਅਸੀਂ ਪਿੰਡਾਂ ਨੂੰ ਜੋੜਨ ਲਈ 4 ਲੱਖ ਕਿਲੋਮੀਟਰ ਤੋਂ ਵੀ ਵੱਧ ਸੜਕਾਂ ਦਾ ਨਿਰਮਾਣ ਕੀਤਾ ਅੱਜ ਜਦੋਂ ਅਸੀਂ ਇਸ ਇਕੋ ਫ੍ਰੈਂਡਲੀ ਇਮਾਰਤ ਨੂੰ ਦੇਖ ਕੇ ਖੁਸ਼ ਆ ਤਾਂ ਮੈਨੂੰ ਸੰਤੋਸ਼ ਹੈ ਕਿ ਅਸੀਂ ਪਾਣੀ ਦੀ ਇੱਕ ਇੱਕ ਬੂੰਦ ਬਚਾਉਣ ਲਈ 50 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਹੈ ਅੱਜ ਜਦੋਂ ਅਸੀਂ ਇਸ ਨਵੇਂ ਸੰਸਦ ਪਮੰਦੀ ਲੋਕ ਸਭਾ ਅਤੇ ਰਾਜ ਸਭਾ ਨੂੰ ਵੇਖ ਕੇ ਉਤਸਵ ਮਨਾ ਰਹੇ ਹਾਂ ਤਾਂ ਮੈਨੂੰ ਸੰਤੋਸ਼ ਹੈ ਕਿ ਅਸੀਂ ਦੇਸ਼ 30000 ਤੋਂ ਵੱਧ ਨਵੇਂ ਪੰਚਾਇਤ ਭਵਨ ਵੀ ਬਣਾਏ ਹਨ ਯਾਨੀ ਪੰਚਾਇਤ ਭਵਨ ਤੋਂ ਲੈ ਕੇ ਸੰਸਦ ਭਵਨ ਤੱਕ ਸਾਡੀ નિਸ਼ਠਾ ਇੱਕ ਹੀ ਸਾਡੀ ਪ੍ਰੇਰਣਾ ਇੱਕ ਰਹੀ ਦੇਸ਼ ਦਾ ਵਿਕਾਸ ਦੇਸ਼ ਦੇ ਲੋਕਾਂ ਦਾ ਵਿਕਾਸ ਸਾਥੀਓ ਤੁਹਾਨੂੰ ਧਿਆਨ ਹੋਵੇਗਾ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਕਿਹਾ ਸੀ ਇਹਹੀ ਸਮਾਂ ਹੈ ਸਹੀ ਸਮਾਂ ਹੈ ਹਰ ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਦੇਸ਼ ਦੀ ਚੇਤਨਾ ਨਵੇਂ ਸਿਰੇ ਤੋਂ ਜਾਗਰਤ ਹੁੰਦੀ ਹੈ ਭਾਰਤ ਵਿੱਚ ਆਜ਼ਾਦੀ ਦੇ 25 ਸਾਲ ਪਹਿਲੇ 47 ਦੇ ਪਹਿਲੇ 25 ਸਾਲ ਯਾਦ ਕਰੋ आजादी ਦੇ 25 ਸਾਲ ਪਹਿਲੇ ਅਜੇ ਹਹੀ ਸਮਾਂ ਆਇਆ ਸੀ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਨੇ ਪੂਰੇ ਦੇਸ਼ ਨੂੰ ਇੱਕ ਵਿਸ਼ਵਾਸ ਨਾਲ ਭਰ ਦਿੱਤਾ ਸੀ ਗਾਂਧੀ ਜੀ ਨੇ ਸਵਰਾਜ ਦੇ ਸੰਕਲਪ ਨਾਲ ਹਰ ਭਾਰਤ ਵਾਸੀ ਨੂੰ ਜੋੜ ਦਿੱਤਾ ਸੀ ਇਹ ਉਹੀ ਦੌਰ ਸੀ ਜਦੋਂ ਹਰ ਭਾਰਤੀ ਆਜ਼ਾਦੀ ਲਈ ਜੀ ਜਾਨ ਨਾਲ ਜੁਟ ਗਿਆ ਸੀ ਇਸ ਦਾ ਨਤੀਜਾ ਅਸੀਂ 1947 ਵਿੱਚ ਆਜ਼ਾਦੀ ਦੇ ਤੌਰ ਤੇ ਵੇਖਿਆ ਆਜ਼ਾਦੀ ਦਾ ਇਹ ਅਮਰਤ ਕਾਲ ਵੀ ਭਾਰਤ ਦੇ ਇਤਿਹਾਸ ਦਾ ਅਜੀਹਾ ਹੀ ਪੜਾਅ ਹੈ ਅੱਜ ਤੋਂ 25 ਸਾਲ ਬਾਅਦ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਸਾਡੇ ਕੋਲ ਵੀ 25 ਸਾਲ ਦਾ ਅੰਮ੍ਰਿਤਕਾਲ ਖੰਡ ਹੈ ਇਹਨਾਂ 25 ਸਾਲਾਂ ਵਿੱਚ ਅਸੀਂ ਮਿਲ ਕੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ ਟੀਚਾ ਵੱਡਾ ਏ ਟੀਚਾ ਮੁਸ਼ਕਿਲ ਵੀ ਏ ਪਰ ਹਰ ਦੇਸ਼ ਵਾਸੀ ਨੂੰ ਆ ਜਿਸ ਦੇ ਲਈ ਜੀ jaan ਨਾਲ ਜੁਟਣਾ ਹੀ ਏ ਨਵੇਂ ਪ੍ਰਣ ਲੈਣੇ ਹਨ ਨਵੇਂ ਸੰਕਲਪ ਲੈਣੇ ਨੇ ਨਵੀਂ ਰਫਤਾਰ ਫੜਨੀ ਏ ਤੇ ਇਤਿਹਾਸ ਗਵਾਏ ਕਿ ਸਾਡਾ ਭਾਰਤੀਆਂ ਦਾ ਵਿਸ਼ਵਾਸ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਹਿੰਦਾ ਸਾਡੀ ਆਜ਼ਾਦੀ ਦੀ ਲੜਾਈ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਉਸ ਵੇਲੇ ਇੱਕ ਨਵੀਂ ਚੇਤਨਾ ਜਾਗਰਿਤ ਕਰ ਦਿੱਤੀ ਸੀ ਸਾਡੀ ਆਜ਼ਾਦੀ ਦੀ ਲੜਾਈ ਨਾਲ ਭਾਰਤ ਆਜ਼ਾਦ ਹੋਇਆ ਹੀ ਨਾਲ ਹੀ ਕਈ ਦੇਸ਼ ਆਜ਼ਾਦੀ ਦੀ ਰਾਤੇ ਚੱਲ ਪਏ ਭਾਰ ਦੇ ਵਿਸ਼ਵਾਸ ਨੇ ਦੂਜੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਦੇ ਵਿਸ਼ਵਾਸ ਨੂੰ ਸਹਾਰਾ ਦਿੱਤਾ ਸੀ ਅਤੇ ਇਸ ਲਈ ਭਾਰਤ ਵਰਗਾ ਵਿਪਿੰਤਾ ਨਾਲ ਪੜਿਆ ਦੇਸ਼ ਇੰਨੀ ਵੱਡੀ ਆਬਾਦੀ ਵਾਲਾ ਦੇਸ਼ ਇੰਨੀਆਂ ਸਾਰੀਆਂ ਚੁਣੌਤੀਆਂ ਨਾਲ ਲੜਨ ਵਾਲਾ ਦੇਸ਼ ਜਦੋਂ ਇੱਕ ਵਿਸ਼ਵਾਸ ਨਾਲ ਅੱਗੇ ਵਧਦਾ ਹੈ ਤਾਂ ਇਸ ਨਾਲ ਦੁਨੀਆ ਦੇ ਅਨੇਕ ਦੇਸ਼ਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਭਾਰਤ ਦੀ ਹਰ ਸਫਲਤਾ ਆਉਣ ਵਾਲੇ ਦਿਨਾਂ 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਦੇਸ਼ਾਂ ਦੀ ਸਫਲਤਾ ਦੇ ਰੂਪ 'ਚ ਪ੍ਰੇਰਨਾ ਦਾ ਕਾਰਨ ਬਨਣ ਵਾਲੀ ਹੈ ਅੱਜ ਜੇਕਰ ਭਾਰਤ ਤੇਜ਼ੀ ਨਾਲ ਗਰੀਬੀ ਦੂਰ ਕਰਦਾ ਹੈ ਤਾਂ ਇਹ ਕਈ ਦੇਸ਼ਾਂ ਨੂੰ ਗਰੀਬੀ ਤੋਂ ਬਾਹਰ ਆਉਣ ਦੀ ਪ੍ਰੇਰਣਾ ਵੀ ਦਿੰਦਾ ਹੈ ਭਾਰਤ ਦਾ ਵਿਕਸਿਤ ਹੋਣ ਦਾ ਸੰਕਲਪ ਕਈ ਹੋਰ ਦੇਸ਼ਾਂ ਦਾ ਸੰਭਲ ਬਨੇਗਾ ਇਸ ਲਈ ਭਾਰਤ ਦੀ ਜ਼ਿੰਮੇਵਾਰੀ ਹੋਰ ਵੱਡੀ ਹੋ ਜਾਂਦੀ ਹੈ ਅਤੇ ਸਾਥੀਓ ਸਫਲਤਾ ਦੀ ਪਹਿਲੀ ਸ਼ਰਤ ਸਫਲਤਾ ਦੀ ਪਹਿਲੀ ਸ਼ਰਤ ਸਫਲ ਹੋਣ ਦਾ ਵਿਸ਼ਵਾਸ ਹੀ ਹੁੰਦੀ ਹੈ ਇਹ ਨਵਾਂ ਸੰਸਦ ਭਵਨ ਇਸ ਵਿਸ਼ਵਾਸ ਨੂੰ ਨਵੀਂ ਬੁਲੰਦੀ ਦੇਣ ਵਾਲਾ ਹੈ ਇਹ ਵਿਕਸਿਤ ਭਾਰਤ ਦੇ ਨਿਰਮਾਣ ਚ ਸਾਡੇ ਸਾਰਿਆਂ ਲਈ ਨਵੀਂ ਪ੍ਰੇਰਨਾ ਬਣੇਗਾ ਇਹ ਸੰਸਦ ਪਵਨ ਹਰ ਭਾਰਤੀ ਦੇ ਕਰਤਵ ਭਾਵ ਨੂੰ ਜਾਗਰਿਤ ਕਰੇਗਾ ਮੈਨੂੰ ਵਿਸ਼ਵਾਸ ਹੈ ਇਸ ਸੰਸਦ ਵਿੱਚ ਜਿਹੜੇ ਜਨ ਪ੍ਰਤੀਨਿਧ ਬੈਠਣਗੇ ਉਹ ਨਵੀਂ ਪ੍ਰੇਰਨਾ ਦੇ ਨਾਲ ਲੋਕਤੰਤਰ ਨੂੰ ਨਵੀਂ ਦਿਸ਼ਾ ਦੇਣ ਦਾ ਯਤਨ ਕਰਨਗੇ ਸਾਨੂੰ ਨੇਸ਼ਨ ਫਰਸਟ ਦੀ ਭਾਵਨਾ ਨਾਲ ਅੱਗੇ ਵਧਣਾ ਹੋਵੇਗਾ ਇਦਮ ਰਾਸ਼ਟਾਇ ਇਦਮ ਨਮਬਾ ਸਾਨੂੰ ਕਰਤਵ ਪਾਥ ਨੂੰ ਸਭ ਤੋਂ ਉੱਤੇ ਰੱਖਣਾ ਹੋਵੇਗਾ ਕਰਤੇ ਕਰਤਵਮੇਵ ਕਰਤਵਮ ਔਰ ਕਰਤव्यम ਨ ਕਰਤਵਿਆ ਸਾਨੂੰ ਆਪਣੇ ਵਿਹਾਰ ਨਾਲ ਉਦਾਹਰਨ ਪੇਸ਼ ਕਰਨਾ ਹੋਵੇਗਾ ਯਦ ਯਦਾ ਚਰਤੀ ਸ੍ਰੇਸ਼ਟ ਤਤ ਦੇਵ ਇਤਰੋਜਨ ਸਾਨੂੰ ਲਗਾਤਾਰ ਆਪਣੇ ਆਪ ਵਿੱਚ ਸੁਧਾਰ ਕਰਦੇ ਰਹਿਣਾ ਹੋਵੇਗਾ ਉਧਰੇਤ ਆਤਮਨਾ ਆਤਮਾਨਾਨਮ ਸਾਨੂੰ ਆਪਣੇ ਨਵੇਂ ਰਸਤੇ ਆਪ ਬਣਾਉਣੇ ਹੋਣਗੇ ਅਪਦੀਵੋ ਭਵ ਸਾਨੂੰ ਖੁਦ ਨੂੰ ਖਪਾਣਾ ਹੋਵੇਗਾ ਤਪਾਣਾ ਹੋਵੇਗਾ ਤਪਸੋ ਹੀ ਪਰਮਨਾਸਤੀ ਤਪਸਾ ਬਿੰਦਤੇ ਮਹਤ ਸਾਨੂੰ ਲੋਕ ਕਲਿਆਣ ਨੂੰ ਹੀ ਆਪਣਾ ਜੀਵਨ ਮੰਤਰ ਬਣਾਉਣਾ ਹੋਵੇਗਾ ਲੋਕ ਹਿਤਮਮ ਕਰਨੀਯ ਜਦੋਂ ਸੰਸਦ ਦੇ ਇਸ ਨਵੇਂ ਭਵਨ ਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੀ ਇਮਾਨਦਾਰੀ ਨਾਲ ਪਾਲਣਾ ਕਰਾਂਗੇ ਤਾਂ ਦੇਸ਼ ਵਾਸੀਆਂ ਨੂੰ ਵੀ ਨਵੀਂ ਪ੍ਰੇਰਨਾ ਮਿਲੇਗੀ ਸਾਥਿਓ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਇਹ ਨਵੀਂ ਸੰਸਦ ਇੱਕ ਨਵੀਂ ਊਰਜਾ ਅਤੇ ਨਵੀਂ ਮਜ਼ਬੂਤੀ ਪ੍ਰਦਾਨ ਕਰੇਗੀ ਸਾਡੇ ਕਿਰਤੀਆਂ ਨੇ ਆਪਣੇ ਪਸੀਨੇ ਨਾਲ ਇਸ ਸੰਸਦ ਭਵਨ ਨੂੰ ਇਨਾ ਵਿਸ਼ਾਲ ਬਣਾ ਦਿੱਤਾ ਹੈ ਹੁਣ ਸਾਡਾ ਸਾਰੇ ਸੰਸਦਾਂ ਦਾ ਫਰਜ਼ ਹੈ ਕਿ ਇਹਨੂੰ ਆਪਣੇ ਸਮਰਪਣ ਨਾਲ ਹੋਰ ਜ਼ਿਆਦਾ ਦਿਵਯ ਬਣਾਵਾਂਗੇ ਇੱਕ ਰਾਸ਼ਟਰ ਦੇ ਰੂਪ ਚ ਅਸੀਂ ਸਾਰੇ 140 ਕਰੋੜ ਭਾਰਤੀਆਂ ਦਾ ਸੰਕਲਪ ਹੀ ਇਸ ਨਵੀਂ ਸੰਸਦ ਦੀ प्राण ਪ੍ਰਤੀਸ਼ਠਾ ਹੈ ਇੱਥੇ ਹੋਣ ਵਾਲਾ ਹਰ ਫੈਸਲਾ ਆਉਣ ਵਾਲੀਆਂ ਸਦੀਆਂ ਨੂੰ ਸਜਾਉਣ ਸਵਾਰਨ ਵਾਲਾ ਹੈ ਇੱਥੇ ਹੋਣ ਵਾਲਾ ਹਰ ਫੈਸਲਾ ਆਉਣ ਵਾਲੀ ਪੀੜੀਆਂ ਨੂੰ ਸਸ਼ਕਤ ਕਰਨ ਵਾਲਾ ਹੋਵੇਗਾ ਇੱਥੇ ਹੋਣ ਵਾਲਾ ਹਰ ਫੈਸਲਾ ਪਾਰੇ ਦੇ ਉਜਵਲ ਭਵਿੱਖ ਦਾ ਆਧਾਰ ਬਣੇਗਾ। ਗਰੀਬ, ਦਲੇਤ, ਪਿਛੜਾ, ਆਦੀਵਾਸੀ, ਦਿਵਿਆਂਗ ਸਮਾਜ ਦੇ ਹਰ ਵਾਂਝੇ ਪਰਿਵਾਰ ਦੇ ਸਸ਼ਕਤੀਕਰਨ ਦਾ ਵਾਂਝਿਆਂ ਨੂੰ ਤਰਜੀਹ ਦਾ ਰਾਹ ਇੱਥੋਂ ਹੀ ਗੁਜ਼ਰਦਾ ਹੈ। ਇਸ ਨਵੇਂ ਸੰਸਦ ਪਵੰਦੀ ਹਰ ਰੇਟ ਹਰ ਦੀਵਾਰ ਇਸ ਦਾ ਕਣ-ਕਣ ਗਰੀਬ ਦੀ ਭਲਾਈ ਲਈ ਸਮਰਪਿਤ ਹੈ। ਅਗਲੇ 25 ਸਾਲਾਂ ਵਿੱਚ ਸੰਸਦ ਇਸ ਨਵੇਂ ਭਵਨ ਵਿੱਚ ਬਣਨ ਵਾਲੇ ਨਵੇਂ ਕਾਨੂੰਨ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਗੇ। ਇਸ ਸੰਸਦ ਵਿੱਚ ਬਣਨ ਵਾਲੇ ਕਾਨੂੰਨ ਭਾਰਤ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨਗੇ ਇਹ ਸੰਸਦ ਵਿੱਚ ਬਣਨ ਵਾਲੇ ਕਾਨੂੰਨ ਦੇਸ਼ ਦੇ ਨੌਜਵਾਨਾਂ ਲਈ ਮਹਿਲਾਵਾਂ ਲਈ ਨਵੇਂ ਮੌਕਿਆਂ ਦਾ ਨਿਰਮਾਣ ਕਰਨਗੇ ਮੈਨੂੰ ਵਿਸ਼ਵਾਸ ਹੈ ਕਿ ਸੰਸਦ ਦਾ ਇਹ ਨਵਾਂ ਪਵਨ ਨਵੇਂ ਭਾਰਤ ਦੇ ਸਿਰਜਣ ਦਾ ਆਧਾਰ ਬਣੇਗਾ ਇੱਕ ਸਮਰਿੱਧ ਸਸ਼ਕਤ ਵਿਕਸਿਤ ਭਾਰਤ ਨੀਤੀ ਨ્યા ਸੱਚ ਮਰਿਆਦਾ ਅਤੇ ਕਰਤਵ ਪਾਠ ਤੇ ਹੋਰ ਸਸ਼ਕਤ ਹੋ ਕੇ ਚੱਲਣ ਵਾਲਾ ਭਾਰਤ ਮੈਂ ਸਾਰੇ ਭਾਰਤ ਵਾਸੀਆਂ ਨੂੰ ਨਵੇਂ ਸੰਸਦ ਪਵੰਦੀ ਫੇਰ ਤੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਧੰਨਵਾਦ